ਦੋਸਤੋ ਇੱਕ ਬੇਨਤੀ ਮੈਂ ਉਹਨਾਂ ਸਟੂਡੈਂਟਸ ਨੂੰ ਕਰਨਾ ਚਾਹੁੰਦਾ ਜਿਹੜੇ ਸਪਟੰਬਰ 2024 ਇਨਟੇਕ ਦੇ ਲਈ ਬਿਨੀਪੈਗ ਮੈਨੀਟੋਬਾ ਦੇ ਵਿੱਚ ਜਾਣਾ ਚਾਹੁੰਦੇ ਆ ਸਪਟੰਬਰ 2024 ਇਨਟੇਕ ਦੇ ਲਈ ਤੁਸੀਂ ਅਗਰ ਅਪਲਾਈ ਕਰਨਾ ਤਾਂ ਜੀ ਇਮੀਗ੍ਰੇਸ਼ਨ ਦੇ ਕੋਲ ਕਾਫੀ ਚੰਗੀਆਂ ਆਪਸ਼ਨਸ ਤੁਹਾਡੇ ਲਈ ਆ ਜਿਹਦੇ ਵਿੱਚ ਰੈਡਰਬਰ ਕਾਲਜ ਐਂਡ ਐਮਆਈਟਟੀ ਕਾਲਜ ਅਵੇਲੇਬਲ ਨੇ ਕਾਫੀ ਸਾਰੇ ਪ੍ਰੋਗਰਾਮ ਇਹਨਾਂ ਦੋਨਾਂ ਕਾਲਜਸ ਦੇ ਵਿੱਚ ਓਪਨ ਨੇ ਤੇ ਆਉਣ ਵਾਲੇ 2 ਜਾਂ 3 ਦਿਨ ਤੱਕ ਹੀ ਇਹ ਸੀਟਸ ਅਵੇਲੇਬਲ ਰਹਿਣਗੀਆਂ ਉਸ ਤੋਂ ਬਾਅਦ ਕਿਉਂਕਿ ਨੰਬਰ ਆਫ ਸਟੂਡੈਂਟ ਜਿਆਦਾ ਹੁੰਦੇ ਆ ਬਿਨੀਪੈਕ ਦੇ ਵਿੱਚ ਪੀਆਰ ਈਜ਼ੀ ਆ ਮੈਨੀਟੋਬਾ ਪ੍ਰਵਿੰਸ ਦਾ ਆਪਣਾ ਪੀਆਰ ਦਾ ਪ੍ਰੋਗਰਾਮ ਆ ਕਿਤੇ ਨਾ ਕਿਤੇ ਹਰ ਇੱਕ ਸਟੂਡੈਂਟ ਦਾ ਜਿਹੜਾ ਮਾਨੋ ਬਿਨੀਪੈਗ ਜਾਣ ਦਾ ਹੁੰਦਾ ਬਿਨੀ ਪੈਗ ਦੇ ਵਿੱਚ ਇੰਸਟੀਚਿਊਟ ਬਹੁਤ ਘੱਟ ਹੈ ਇਸੇ ਰੀਜ਼ਨ ਕਰਕੇ ਉੱਥੋਂ ਦੀਆਂ ਸੀਟਸ ਬਹੁਤ ਜਲਦੀ ਫੁੱਲ ਹੁੰਦੀਆਂ ਸੋ ਅਗਰ ਬਿਨੀ ਪੈਗ ਦੇ ਵਿੱਚ ਸਪਟੰਬਰ 2024 ਇਨਟੇਕ ਦੇ ਲਈ ਅਪਲਾਈ ਕਰਨਾ 6 ਈਚ ਤੇ ਅਪਲਾਈ ਕਰਨਾ ਜਾਂ ਓਵਰਾਲ 6 ਇੱਕ ਜਾਂ ਦੋ ਮੋਡਿਊਲ ਚੋਂ 5.5 ਤੇ ਅਪਲਾਈ ਕਰਨਾ ਤਾਂ ਜੀ ਇਮੀਗ੍ਰੇਸ਼ਨ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਇਮੀਗ੍ਰੇਸ਼ਨ ਤੁਹਾਡੇ ਲਈ ਕਾਫੀ ਚੰਗੀਆਂ ਸੀਟਸ ਜਿਹੜਾ ਬਿਨੀ ਪੈਗ ਦੇ ਵਿੱਚ ਲੈ ਕੇ ਆਇਆ ਸੋ ਪ੍ਰਵਿੰਸ ਅਟੈਸਟੇਸ਼ਨ ਲੈਟਰ ਦੀ ਵੀ ਸ਼ਿਉਰਿਟੀ ਹੋਊਗੀ ਅਗਰ ਤੁਸੀਂ ਅਪਲਾਈ ਕਰਦੇ ਹੋ ਕੁਝ ਦਿਨਾਂ ਦੇ ਵਿੱਚ ਜਿਹੜਾ ਪ੍ਰਵਿੰਸ ਅਟੈਸਟੇਸ਼ਨ ਲੈਟਰ ਵੀ ਕਾਲਜ ਵੱਲੋਂ ਇਸ਼ੂ ਕੀਤਾ ਜਾਣਾ ਸੋ ਬਿਨਾ ਕਿਸੇ ਦੇਰੀ ਤੋਂ ਤੁਸੀਂ ਜੀ ਇਮੀਗ੍ਰੇਸ਼ਨ ਦੇ ਨਾਲ ਸੰਪਰਕ ਕਰਕੇ ਆਪਣਾ ਆਫਰ ਅਪਲਾਈ ਕਰ ਸਕਦੇ ਹੋ ਇਹ ਬੇਨਤੀ ਉਹਨਾਂ ਸਟੂਡੈਂਟ ਦੇ ਲਈ ਸੀ ਜਿਹੜੇ ਇੰਡੀਆ ਤੋਂ ਆਪਣਾ ਅਪਲਾਈ ਕਰਨਾ ਚਾਹੁੰਦੇ ਆ ਹੁਣ ਬਹੁਤ ਸਾਰੇ ਸਟੂਡੈਂਟ ਜਿਹੜੇ ਕੈਨੇਡਾ ਦੇ ਵਿੱਚ ਆਲਰੇਡੀ ਸਟੱਡੀ ਕਰ ਚੁੱਕੇ ਆ ਉਹਨਾਂ ਦੇ ਵਿੱਚੋਂ ਕਾਫੀ ਉਹ ਸਟੂਡੈਂਟ ਆ ਜਿਨ੍ਹਾਂ ਦੀ 1 ਇਅਰ ਦੀ ਸਟੱਡੀ ਕੈਨੇਡਾ ਦੇ ਵਿੱਚ ਕੰਪਲੀਟ ਹੋ ਚੁੱਕੀ ਆ ਉਹ ਚਾਹੇ ਅਨਟਾਰੀਓ ਬ੍ਰਿਟਿਸ਼ ਕੋਲੰਬੀਆ ਅਲਬਰਟਾ ਦੇ ਵਿੱਚ ਹੋਈ ਆ ਚਾਹੇ ਮੈਨੀਟੋਬਾ ਦੇ ਵਿੱਚ ਹੀ ਹੋਈ ਆ ਸੈਕੰਡ ਇਅਰ ਦੇ ਲਈ ਅਗਰ ਤੁਸੀਂ ਅਪਲਾਈ ਕਰਨਾ ਤਾਂ ਵੀ ਤੁਸੀਂ ਜੀ ਇਮੀਗ੍ਰੇਸ਼ਨ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਔਨਸ਼ੋਰ ਸਟੂਡੈਂਟ ਦੇ ਲਈ ਵੀ ਕਾਫੀ ਸੀਟਸ ਅਵੇਲੇਬਲ ਨੇ ਸੋ ਹੁਣੇ ਹੀ ਤੁਹਾਨੂੰ ਕਰਨਾ ਪੈਣਾ ਕਿਉਂਕਿ ਇਸ ਤੋਂ ਪਹਿਲਾਂ ਹੁੰਦਾ ਸੀ ਜਦੋਂ ਇਹ ਨਵੀਆਂ ਅਪਡੇਟਸ ਲਾਗੂ ਨਹੀਂ ਹੋਈਆਂ ਸੀ ਜਦੋਂ ਵੀ ਕਿਸੇ ਇਨਟੇਕ ਦੇ ਲਈ ਤੁਸੀਂ ਅਪਲਾਈ ਕਰਨਾ ਸੀ ਉਸ ਤੋਂ ਇੱਕ ਜਾਂ ਦੋ ਮਹੀਨੇ ਪਹਿਲਾਂ ਕਾਫੀ ਸੀਟਸ ਓਪਨ ਹੋ ਜਾਂਦੀਆਂ ਸੀ ਬਟ ਹੁਣ ਸਮਾਂ ਬਦਲ ਚੁੱਕਿਆ ਹੁਣ ਉਹ ਸੀਟਸ ਹੁਣ ਹੀ ਯਾਨੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੀ ਸਤੰਬਰ 2024 ਦੀਆਂ ਸੀਟਸ ਓਪਨ ਹੈ ਤੇ ਈਵਨ ਔਨਸ਼ੋਰ ਸਟੂਡੈਂਟ ਦੇ ਲਈ ਓਪਨ ਹੈ ਤੁਹੋ ਬਿਨਾ ਕਿਸੇ ਦੇਰੀ ਦੇ ਆਪਣੇ ਆਪ ਨੂੰ ਰਜਿਸਟਰ ਕਰੋ ਟੀਮ ਦੇ ਨਾਲ ਸੰਪਰਕ ਕਰੋ ਤਾਂ ਜੋ ਤੁਸੀਂ ਜਿਹੜੇ ਸੀਟਸ ਅਵੇਲੇਬਲ ਨੇ ਉਹਨਾਂ ਦੇ ਵਿੱਚ ਅਪਲਾਈ ਕਰਕੇ ਆਪਣੀ ਸੀਟ ਸਿਕਯੂਰ ਕਰ ਸਕੋ